ਪਾਪਾਕੁਰਾ ਲੋਕਲ ਬੋਰਡ ਵੱਲੋਂ ਰੀਪ੍ਰੈਜ਼ੈਂਟਿੰਗ ਪਾਪਾਕੁਰਾ ਕੰਪੇਨ ਤਹਿਤ 42 ਸਥਾਨਕ ਲੋਕਾਂ ਦੀਆਂ ਤਸਵੀਰਾਂ ਮਈ ਮਹੀਨੇ ਤੋਂ ਲੈ ਕੇ ਜੁਲਾਈ ਦੇ ਅੰਤ ਤੱਕ ਪਾਪਾਕੁਰਾ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੇ ਸਾਂਝੇ ਕੋਰੀਡੋਰ ਵਿੱਚ ਲਗਾਈਆਂ ਗਈਆਂ ਨੇ। ਉਕਤ ਤਸਵੀਰਾਂ ਨੂੰ ਫੋਟੋਗ੍ਰਾਫਰ ਕੈਲੀਮੇ ਮੈਸੀਉਤਾਮਾ ਨੇ ਵਿਸ਼ੇਸ਼ ਤੌਰ ਤੇ ਆਪਣੇ ਕੈਮਰੇ ਦੀ ਅੱਖ ਰਾਹੀਂ ਖਿੱਚਿਆ। ਇਸ ਰੀਪ੍ਰੈਜ਼ੈਂਟਿੰਗ ਪਾਪਾਕੁਰਾ ਕੰਪੇਨ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ 42 ਵਿੱਚੋਂ 7 ਸਿੱਖ ਚਿਹਰੇ ਲਏ ਗਏ ਨੇ। ਉਹ ਵੀ ਵਿਸ਼ੇਸ਼ ਤੌਰ ਤੇ ਟਾਕਾਨੀਨੀ ਗੁਰੂ ਘਰ ਵਿੱਚੋਂ ਤਸਵੀਰਾਂ ਖਿੱਚੀਆਂ ਗਈਆਂ ਨੇ। ਉੱਥੇ NZ ਪੰਜਾਬੀ ਨਿਊਜ਼ ਦੇ ਪੱਤਰਕਾਰ ਵੱਲੋਂ ਜਦੋਂ ਜਾ ਕੇ ਦੇਖਿਆ ਗਿਆ ਤਾਂ ਉਸ ਮੌਕੇ ਅਤਿਅੰਤ ਖੁਸ਼ੀ ਹੋਈ ਜਦੋਂ ਇੱਕ ਸਥਾਨਕ ਮਾਓਰੀ ਭਾਈਚਾਰੇ ਦੀ ਇੱਕ ਬੀਬੀ ਵੱਲੋਂ ਆਪਣੇ ਬੱਚੇ ਨੂੰ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਦੀ ਤਸਵੀਰ ਵੱਲ ਉਤਸ਼ਾਹ ਨਾਲ ਇਸ਼ਾਰਾ ਕਰਕੇ ਬੋਲਦਿਆਂ ਸੁਣਿਆ, "ਹੇ ਦਿਸਨਸ ਅਡੋਨੇਜ਼ਨ ਮੈਨ।" ਇੱਥੋਂ ਪਤਾ ਲੱਗਿਆ ਕਿ ਭਾਈ ਦਲਜੀਤ ਸਿੰਘ ਦੇ ਕੋਵਿਡ ਦੌਰਾਨ ਕੀਤੇ ਕਾਰਜਾਂ ਕਰਕੇ ਵਾਈਡਰ ਭਾਈਚਾਰੇ ਵਿੱਚ ਉਹਨਾਂ ਨੂੰ ਡੋਨੇਸ਼ਨ ਮੈਨ ਦਾ ਮਾਣਮੱਤਾ ਖਿਤਾਬ ਮਿਲ ਚੁੱਕਿਆ। ਲਾਇਬ੍ਰੇਰੀ ਦੇ ਪ੍ਰਬੰਧਕਾਂ ਅਨੁਸਾਰ ਇਸ ਫੋਟੋ ਪ੍ਰਦਰਸ਼ਨੀ ਦਾ ਮਕਸਦ ਸਥਾਨਕ ਵਸਦੇ ਭਾਈਚਾਰੇ ਦੀ ਆਪਸੀ ਸਾਂਝ ਅਤੇ ਮਲਟੀਕਲਚਰਲ ਮੁੱਲਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਸਾਰੇ ਵਿੱਚ ਸਿੱਖ ਭਾਈਚਾਰੇ ਨੂੰ ਮਿਲਿਆ ਥਾਂ ਆਪਣੇ ਆਪ ਵਿੱਚ ਮਾਣਮੱਤਾ ਹੈ। ਇਸ ਥਾਂ ਨੂੰ ਮਜ਼ਬੂਤ ਕਰਨ ਵਿੱਚ ਸਾਊਥ ਆਕਲੈਂਡ ਵਿੱਚ ਸੁਪਰੀਮ ਸਿੱਖ ਸੁਸਾਇਟੀ ਦੇ ਮਾਨਵੀ ਕਾਰਜਾਂ ਦੀ ਵੀ ਬਹੁਤ ਅਹਿਮੀਅਤ ਹੈ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।